ਮਨ ਸੋਧੇ ਤਨ ਵਸ ਕਰੇ ਸੋਧੇ ਸਗਲ ਸਰੀਰ ਦਇਆ ਨਾਮ ਦੀ ਕਫਨੀ ਪਹਿਨੇ ਫੇਰ ਬਣੇ ਫਕੀਰ। ਤੋ ਫਕੀਰੀ ਰੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਜੈ ਪੀ ਰਹਿੰਦੀ। ਤੋ ਇੱਕ ਅੱਜ ਅਸੀਂ ਨਵੀਂ ਵੀਡੀਓ ਇੱਕ ਛੋਟੀ ਜਿਹੀ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰਾਂਗੇ, ਜਿਸ ਦੇ ਵਿੱਚ ਅੱਜ ਇੱਕ ਕਹਾਣੀ ਇੱਕ ਫਕੀਰ ਦੀ ਹੈ। ਫਕੀਰ ਕੌਣ ਹੁੰਦਾ ਹੈ? ਕਹਿੰਦੇ ਨੇ ਕਿ ਫਕੀਰਾ ਫਕੀਰੀ ਦੂਰ ਹੈ, ਜਿਤਨੀ ਕਲੰਬੀ ਖਜੂਰ ਹੈ, ਚੜ ਜੇ ਚੂਪੇ ਪ੍ਰੇਮ ਰਸ, ਜੇ ਡਿੱਗ ਜੇ ਚਕਨਾ ਚੂਰ ਹੈ। ਤੋ ਫਕੀਰ ਕੌਣ ਹੁੰਦਾ ਹੈ? ਆਮ ਦੇਖਿਆ ਜਾਂਦਾ ਕਿ ਕਈ ਲੋਕ ਕਹਿੰਦੇ ਨੇ ਇਹ ਫਕੀਰ ਨਹੀਂ ਗਾ, ਇਹ ਕੋਈ ਪਾਗਲ ਹੈ, ਇਹ ਕੋਈ ਸ਼ੁਦਾਈ ਹੈ। ਪਾਗਲ ਜਾਂ ਸ਼ੁਦਾਈ, ਇਹਨਾਂ ਦੋਨਾਂ ਨਾਵਾਂ ਦੇ ਨਾਲ ਬਹੁਤ ਸਾਰੇ ਲੋਕ ਫਕੀਰਾਂ ਨੂੰ ਬੁਲਾਉਂਦੇ ਨੇ। ਤੋ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਉਹ ਫਕੀਰ ਪਾਗਲ ਲੋਕ ਨੂੰ ਕਿਉਂ ਕਹਿੰਦੇ ਨੇ ਅਤੇ ਸ਼ੁਦਾਈ ਕਿਉਂ ਕਹਿੰਦੇ ਨੇ। ਇੱਕ ਫਕੀਰ ਨੂੰ ਦੁਨੀਆਦਾਰੀ ਦੇ ਲੋਕ ਪਾਗਲ ਇਸ ਕਰਕੇ ਕਹਿੰਦੇ ਨੇ ਕਿਉਂਕਿ ਉਹਨੇ ਕੋਈ ਗੱਲ ਪਾ ਲਈ ਹੁੰਦੀ ਆ। ਜਿਹੜਾ ਵਿਅਕਤੀ ਉਸ ਰੱਬ ਦੇ ਘਰ ਦੀ ਗੱਲ ਪਾ ਲਵੇ ਉਹ ਬਣ ਜਾਂਦਾ ਪਾਗਲ। ਪਾਗਲ ਇਹ ਦੁਨੀਆਦਾਰੀ ਦੇ ਲੋਕ ਉਸਨੂੰ ਪਾਗਲ ਕਹਿਣ ਲੱਗ ਪੈਂਦੇ ਨੇ। ਆਮ ਲੋਕਾਂ ਦੀ ਨਜ਼ਰ ਦੇ ਵਿੱਚ ਉਹ ਪਾਗਲ ਹੁੰਦਾ ਹੈ, ਪਰ ਅਸਲ ਦੇ ਵਿੱਚ ਉਸਨੇ ਰੱਬ ਦੇ ਘਰ ਦੀ, ਰੱਬ ਦੇ ਦਰ ਦੀ, ਆਪਣੇ ਮੁਰਸ਼ਦ ਦੀ, ਆਪਣੇ ਪੀਰੋ ਮੁਰਸ਼ਦ ਦੀ ਇੱਕ ਗੱਲ ਪਾ ਲਈ ਹੁੰਦੀ ਹੈ, ਇਸ ਲਈ ਉਹ ਪਾਗਲ ਹੋ ਜਾਂਦਾ। ਤੋ ਕਈ ਵਿਅਕਤੀ ਕਹਿੰਦੇ ਨੇ ਇਹ ਤਾਂ ਸ਼ੁਦਾਈ ਆ, ਇਹ ਫਕੀਰ ਨਹੀਂ ਗਾ, ਇਹ ਸ਼ੁਦਾਈ ਆ। ਸੁਦਾਈ ਉਸਨੂੰ ਕਿਉਂ ਕਹਿੰਦੇ ਨੇ? ਜਿਹਨੂੰ ਸੌ ਦਾ ਆ ਜਾਂਦੇ ਆ ਉਸ ਰੱਬ ਦੇ ਨਾਲ ਮਿਲਣੇ ਦੇ। ਜਿਸ ਵਿਅਕਤੀ ਨੂੰ ਸੌ ਦਾ ਪਤਾ ਹੁੰਦੇ ਨੇ ਕਿ ਉਹ ਰੱਬ ਨੂੰ ਕਿੱਦਾਂ ਪਾਇਆ ਜਾ ਸਕਦਾ, ਉਹ ਰੱਬ ਨੂੰ ਕਿੱਦਾਂ ਮਿਲਿਆ ਜਾ ਸਕਦਾ, ਉਹ ਰੱਬ ਇੱਕ ਮਹਾਨ ਹਸਤੀ ਜੋ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਉਹਦੇ ਨਾਲ ਕਿੱਦਾਂ ਮਿਲਿਆ ਜਾ ਸਕਦਾ। ਤਾਂ ਹੀ ਤੋ ਕਿਹਾ ਸੀ ਕਿ ਮਨ ਸੋਧੇ ਤਨ ਵਸ ਕਰੇ ਸੋਧੇ ਸਗਲ ਸਰੀਰ ਦਇਆ ਨਾਮ ਦੀ ਕਫਨੀ ਪਹਿਨੇ ਫੇਰ ਬਣੇ ਫਕੀਰ। ਫਕੀਰ ਬਣਨ ਦੇ ਲਈ ਪਹਿਲਾਂ ਮਨ ਨੂੰ ਸੋਧਣਾ ਪੈਂਦਾ, ਕੰਟਰੋਲ ਕਰਨਾ ਪੈਂਦਾ, ਫਿਰ ਦਇਆ ਭਾਵਨਾ ਮਨ 'ਚ ਪੈਦਾ ਕਰਨੀ ਪੈਂਦੀ ਹੈ, ਤੋ ਫਿਰ ਅਸਲ ਫਕੀਰ ਬਣਦਾ। ਤੋ ਇੱਕ ਛੋਟੀ ਜਿਹੀ ਗੱਲ ਸੀ ਜੋ ਮੇਰੇ ਜੀਨ ਦੇ ਵਿੱਚ ਆਈ, ਤੋ ਮੈਂ ਸੋਚਿਆ ਕਿ ਆਪ ਸਾਹਿਬ ਨਾਲ ਸਾਂਝਾ ਕਰਾਂ। ਇਸ ਗੱਲ ਆਪ ਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਫਕੀਰੀ ਰੰਗ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿਨ੍ਹਾਂ ਦਰਸ਼ਕਾਂ ਨੇ ਅਭੀ ਸਬਸਕ੍ਰਾਈਬ ਨਹੀਂ ਕੀਤਾ। ਤੋ ਅੱਗੇ ਵੀ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਆਪਣੇ ਨਾਲ ਸਾਂਝੀਆਂ ਕਰਦੇ ਰਹਾਂਗੇ। ਅੱਜ ਲਈ ਇੰਨਾ ਹੀ। ਜੈ ਪੀਰਾਂ ਦੀ ਜੈ ਮਾਲਕਾ।